बिस्मिल्लाहिर्रहमानिर्रहीम। मेरे प्यारे साथियों, हजीत सिंह ने अपनी ज़िंदगी में बहुत सारी मुश्किलात का सामना किया है। इनके अबाऊ जदाद के साथ अच्छा सलूक करवा नहीं रखा जाता था। हिंदुओं की तरफ से इन्हें बहुत तकलीफ़ और मसाइब का सामना था, जिसकी वजह से उनको अपना वतन छोड़ना पड़ा। और जो काफ़ी अरसे से न्यूयॉर्क अमेरिका में मुकीम है, इसीलिए इनकी नफरत हिंदुओं के लिए बहुत ज़्यादा है। उन्हें पता है कि हिंदुओं ने उनके साथ कितना ज़्यादा सौतेला सलूक किया है, उनके साथ कितनी नाइंसाफियाँ की हैं, उन्हें भी बहुत मारा भी है। 84 का ये जिक्र करते हैं, तब सिखों के साथ भी बहुत बुरा रवैया और सलूक हुआ, उनको कत्लो गारत की गई। बस यही वजूहात हैं कि वो हिंदुओं के ख़िलाफ़ हैं और इस तरह की बातें करते हैं। और मुसलमानों के साथ इनकी बहुत ज़्यादा दोस्ती है, इसलिए कि ये इंडिया में मुसलमान और सिख एक दूसरे का साथ देते हैं, क्योंकि हिंदुओं को नीचा दिखाने के लिए ये उनकी मजबूरी है। हाँ जी, अस्सलाम वालेकुम, सत श्री अकाल, नमस्कार ते दंगे मातरम साथियों, ते जय आर्यवर्त। होर सुनाओ की हाल चाल, छेती आ गया। मैं एक्चुअली अज गल ही एक एहो जी हो गई भी मैं क्या भी लाइव होना ही पैना आ। मैं अज ना सवेरे ब्रेकफास्ट करन गया इत्थे मैकडोनल्ड ते, ते उत्थे तीन बंदे होर बैठे हुए सी, दो काले सी ते एक गोरा सी। ते जिहड़ा गोरा सी ना उहदी ना किसे मक्सीके नाल कोई अणबण होई, ते उह मक्सीकियां दी बदनामी करी जांदा सी। ते जदों पिछे उहने मैनू वेख्या, जिहड़े आपणे खित्ते दे लोक आ मक्सीकियां नाल शकलां मिलदियां आ, उहनूं ऐं लग्गिया वी मैं मक्सीका आ। मैनू कहिंदा ओहो तूं पिछे बैठा होया सी। मैं कहा वी नहीं वी मैं मक्सीका नहीं। इन्नी गल कहण दी देर सी मेरी शामत आ गई। मैं कहा वी आम फ्रॉम इंडिया। जदों मैं उहनूं कहा ना वी इंडिया, उह तां मेरे वल नूं सिद्धा हो गया। मैनू कहिंदा तुसी किड्डे रेसिस्ट लोक आ, की तुसी कर रहे हैं, जुल्म कर रहे हैं। उन्हें तो मेरी घोड़ी नवाती पूरी, मैं तो खांदा पिया सी। मैं कहा भी हुण चल इहनू ना, मैंने तो वीडियो बनाउणी सी। उह मैं कहा भी हुण कोई गल नहीं, इहनू जो कुछ इहदे दिल विच हैगा आ गुब गवार कढ लैण दे, ते फिर ही इहनू दसूंगा। उहने जी पूरी मेरी तसल्ली कराई भी तुसी आह करदे पए आ, उह करदे पए आ। जिन्ने लोक तुसी ਉੱਥੇ ਉਹਨਾਂ ਨੂੰ ਇਲੀਗਲ ਕਰੋਗੇ ਉਹਨਾਂ ਦਾ ਕੀ ਕਰੋਗੇ? ਤੁਸੀਂ ਨਾਜ਼ੀ ਬਣਨ ਜਾ ਰਹੇ ਆ, ਹਿਟਲਰ ਤੁਹਾਡੇ ਇੱਥੇ ਵੀ ਲੋਕ ਆ ਜਿਹੜੇ ਉਹ ਮੋਦੀ ਨੂੰ ਪ੍ਰੇਜ਼ ਕਰਦੇ ਆ, ਅਤੇ ਇੰਨਾ ਇਕੱਠ ਹੋਇਆ ਅਤੇ ਤੁਸੀਂ ਉਹ ਐਕਚੁਲੀ ਹੈਗਾ ਸੀ ਹਲੇਰੀ ਦਾ, ਜਿਵੇਂ ਉਹਨਾਂ ਦੀ ਪਾਰਟੀ ਦਾ ਸਮਰਥਕ ਸੀ। ਅਤੇ ਉਹਨੇ ਪੂਰੀ ਤਸੱਲੀ ਕਰਾਈ। ਅਖੀਰ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਮੈਂ ਹਿੰਦੂ ਨਹੀਂ ਗਾ, ਮੈਂ ਸਿੱਖ ਹਾਂ। ਕਹਿੰਦਾ ਡਜ਼ਨਟ ਮੈਟਰ, ਕਹਿੰਦਾ ਕੀ ਫਰਕ ਪੈਂਦਾ, ਤੂੰ ਵੀ ਉਸੇ ਜ਼ਮੀਨ ਤੋਂ ਆਇਆ, ਤੁਸੀਂ ਸਾਰੇ ਕਹਿੰਦਾ ਇੱਕੋ ਜਿਹੇ ਆ, ਤੁਸੀਂ ਕਹਿੰਦਾ ਮੂਤ ਵੀ ਪੀਂਦੇ ਆ ਗਾਂ ਦਾ, ਤੁਸੀਂ ਗੋਬਰ ਵੀ ਖਾਂਦੇ ਆ, ਤੁਸੀਂ ਕਹਿੰਦਾ ਗਾਂ ਨੂੰ ਮਾਂ ਕਹਿੰਦੇ ਆ। ਉਹ ਮੈਂ ਉਹਦੇ ਅੱਗੇ ਹੱਥ ਜੋੜੇ, ਭਰਾਵਾ ਮੈਂ ਉਹਨਾਂ 'ਚੋਂ ਨਹੀਂ। ਅਤੇ ਉਹਨੂੰ ਮੈਂ ਦੱਸਿਆ, ਮੈਂ ਕਿਹਾ ਵੀ ਅਸੀਂ ਵੱਖਰਾ ਰਿਲੀਜਨ ਆ ਅਤੇ ਸਾਡੀ ਲੈਂਗੁਏਜ ਵੀ ਵੱਖਰੀ ਆ, ਅਸੀਂ ਨਹੀਂ ਉਹ ਕੁਛ ਕਰਦੇ ਪਏ ਵੀ ਅਸੀਂ ਤਾਂ ਖੁਦ ਇਹਨਾਂ ਚੀਜ਼ਾਂ ਤੋਂ ਦੁਖੀ ਹਾਂ ਵੀ ਸਾਨੂੰ ਪਤਾ ਆ ਵੀ ਬਦਨਾਮੀ ਹੁੰਦੀ ਪਈ ਆ, ਵੀ ਅਸੀਂ ਤਾਂ ਸ਼ਰਮ ਦੇ ਮਾਰੇ ਕਿਸੇ ਨੂੰ ਹੁਣ ਇਹ ਨਹੀਂ ਕਹਿੰਦੇ ਵੀ ਅਸੀਂ ਇੰਡੀਆ ਤੋਂ ਹਾਂ। ਜੇ ਕਿਸੇ ਨੂੰ ਇਹ ਕਹਿ ਬਈਏ ਤਾਂ ਗਲ 'ਚ ਜਿਵੇਂ ਕਹਿੰਦੇ ਹੁੰਦੇ ਮਰਿਆ ਸੱਪ ਪਾ ਲਈ ਦਾ। ਉਹਨੇ ਚਲੋ ਉਹਦੇ ਤੋਂ ਖਹਿੜਾ ਮੈਂ ਛਡਾਇਆ। ਅਤੇ ਉਦੋਂ ਬਾਅਦ ਮੈਂ ਤੁਹਾਨੂੰ ਦੱਸਦਾ ਹਾਂ ਵੀ ਇੱਥੇ ਬਦਨਾਮੀ ਬਹੁਤ ਜ਼ਿਆਦਾ ਹੁੰਦੀ ਪਈ ਆ, ਪ੍ਰੋਟੈਸਟ ਇੰਨੇ ਜ਼ਿਆਦਾ ਹੁੰਦੇ ਪਏ ਆ ਅਮਰੀਕਾ ਦੇ ਵਿੱਚ, ਕੈਨੇਡਾ 'ਚ, ਇੰਗਲੈਂਡ ਦੇ ਵਿੱਚ। ਜਾਣੀ ਕਿ ਕੁੱਲ ਮਿਲਾ ਕੇ ਭਾਰਤ ਮਾਤਾ ਜ਼ਿਆਦਾ ਨਹੀਂ ਅਤੇ ਪੌਣੀ ਕੁ ਤਾਂ ਨੰਗੀ ਹੋ ਗਈ ਆ। ਅਤੇ ਭਾਰਤ ਮਾਤਾ ਦੀਆਂ ਲੀਰਾਂ ਲਮਕਦੀਆਂ ਪਈਆਂ ਆ ਚਾਰ ਛਫੇਰੇ, ਦੁਨੀਆਂ ਲਾਹਣਤਾਂ ਪਾਉਂਦੀ ਪਈ ਆ ਵੀ ਤੁਸੀਂ ਇਹ ਕੀ ਕਰਦੇ ਪਏ ਆ। ਅਤੇ ਇਹ ਜਿਹੜੇ ਹੈਗੇ ਆ ਬ੍ਰਾਹਮਣ ਦੇਵਤਾ, ਬ੍ਰਾਹਮਣ ਦੇਵਤਾ ਨੂੰ ਕੋਈ ਅਗਲ ਨਹੀਂ ਆਉਂਦੀ ਪਈ। ਗੱਲ ਆ ਵੀ ਹਜ਼ਾਰ ਸਾਲ ਦੀ ਗੁਲਾਮੀ ਤੋਂ ਬਾਅਦ ਜਿਹੜੀ ਮੁਖਤੋ ਮੁਖਤੀ ਹਕੂਮਤ ਮਿਲ ਗਈ ਨਾ, ਉਹਦਾ ਨਸ਼ਾ ਇੰਨਾ ਜ਼ਿਆਦਾ ਚੜ੍ਹ ਗਿਆ ਆ ਵੀ ਲੱਗਦਾ ਇਹ ਆ ਵੀ ਇਹ ਨਸ਼ਾ ਛਿੱਤਰਾਂ ਨਾਲ ਹੀ ਉਤਰਨਾ ਆ, ਇਹਦਾ ਕੋਈ ਹੋਰ ਇਲਾਜ ਨਹੀਂ ਹੈਗਾ। ਉਹ ਸੱਚ ਮੈਨੂੰ ਬੰਦਾ ਕਹਿੰਦਾ ਤੁਹਾਨੂੰ ਪਤਾ ਆ ਵੀ ਤੁਸੀਂ ਇੱਥੇ ਕਿੰਨੇ ਆ, ਜੇ ਅਸੀਂ ਐਵੇਂ ਕੋਈ ਲਾਭ ਬਣਾ ਕੇ ਇੱਥੇ ਪ੍ਰੈਸ਼ਰ ਪਾ ਕੇ ਕੋਈ ਕਰ ਦਈਏ ਤੇ ਵੀ ਤੁਹਾਡਾ ਕੀ ਬਣੂਗਾ, ਤੁਸੀਂ ਇੱਥੋਂ ਜੇ ਤੁਹਾਨੂੰ ਚੜਾ ਦਈਏ ਤਾਂ। ਤੇ ਗੱਲ ਤਾਂ ਸੋਚਣ ਵਾਲੀ ਆ, ਸਾਡਾ ਤਾਂ 6-7 ਲੱਖ ਬੰਦਾ ਉਹ ਆ ਇੱਥੇ ਅਮਰੀਕਾ ਦੇ ਵਿੱਚ, ਜਿਨ੍ਹਾਂ ਕੋਲ ਵਿਚਾਰਿਆਂ ਕੋਲ ਪੇਪਰ ਹੀ ਹੈਨੀ, ਵਿਚਾਰੇ ਵਕੀਲਾਂ ਦੀਆਂ ਫੀਸਾਂ ਭਰਦੇ ਫਿਰਦੇ ਆ, ਤੇ 30-35 ਲੱਖ ਰੁਪਈਆ ਲਾ ਕੇ ਤੇ ਇਲੀਗਲ ਤਰੀਕੇ ਨਾਲ ਆਏ ਆ। ਜੇ ਮੰਨ ਲਓ ਕੱਲ ਨੂੰ ਇਹੋ ਜਿਹੀ ਗੱਲ ਇੱਥੇ ਹੋ ਗਈ ਤੇ ਭਾਰਤ ਮਾਤਾ ਕੀ ਜੈ ਕਰਨ ਵਾਲਿਆਂ ਨੂੰ ਤਾਂ ਉੱਥੇ ਰੋਟੀ ਵੀ ਨਹੀਂ ਲੱਭਣੀ, ਜਿੰਨੇ ਲੋਕ ਇੱਥੋਂ ਚਲੇ ਜਾਣਗੇ।
ਤੇ ਇੱਕ ਮੋਦੀ ਸਾਹਿਬ ਦਾ ਪਿੱਛੇ ਜਿਹਾ ਬਿਆਨ ਆ, ਕਹਿੰਦੇ ਜੀ ਅਸੀਂ ਕੱਪੜਿਆਂ ਤੋਂ ਪਛਾਣ ਲੈਂਦੇ ਹਾਂ ਬੰਦੇ। ਮੋਦੀ ਸਾਹਿਬ ਕਹਿੰਦੇ ਅਸੀਂ ਕੱਪੜਿਆਂ ਤੋਂ ਪਛਾਣ ਲੈਂਦੇ ਹਾਂ, ਅਤੇ ਦੁਨੀਆ ਨੇ ਵੀ ਇਹਨਾਂ ਨੂੰ ਕੱਪੜਿਆਂ ਤੋਂ ਪਛਾਣ ਲਿਆ ਆ। ਸਾਰਾ ਕੁਛ ਵਿਕਣ ਦੇ ਕੰਢੇ 'ਤੇ ਆ, ਇਹ ਰਿੰਡੀਆ ਹੋਰ ਆ ਜਿੰਨੀਆਂ ਵੀ ਹੈਗੀਆਂ ਆ ਤੇਲ ਵਾਲੀਆਂ ਕੰਪਨੀਆਂ, ਅਤੇ ਕੋਈ ਖਰੀਦਦਾਰ ਨਹੀਂ ਲੱਭਦਾ ਪਿਆ ਕਿਉਂਕਿ ਉਹਨਾਂ ਨੇ ਕੱਪੜਿਆਂ ਤੋਂ ਪਛਾਣ ਲਿਆ ਵੀ ਇਹ ਚੋਰ ਆ। ਅਤੇ ਗੁਜਰਾਤ ਵਾਲੇ ਤਾਂ ਸੁੱਖ ਨਾਲ ਉਂਝ ਵੀ ਸਾਰੇ ਚੋਰ ਆ, ਜਿੰਨੇ ਘਪਲੇਬਾਜ਼ੀਆਂ ਆ ਸਾਰੀਆਂ ਗੁਜਰਾਤੀਆਂ ਨੇ ਕੀਤੀਆਂ ਆ। ਅਤੇ ਟੀਵੀ 'ਤੇ ਪ੍ਰੋਗਰਾਮ ਚੱਲਦਾ ਪਿਆ ਸੀ, ਕਹਿੰਦੇ ਵੀ ਗੁਜਰਾਤ ਰੈਜੀਮੈਂਟ ਨਹੀਂ ਹੈਗੀ ਇੰਡੀਅਨ ਆਰਮੀ ਦੇ ਵਿੱਚ, ਅਤੇ ਜਿਹੜੇ ਮੋਦੀ ਸਾਹਿਬ ਆ ਉਹਨਾਂ ਨੇ ਗੁਜਰਾਤ ਰੈਜੀਮੈਂਟ ਦੀ ਕਸਰ ਪੂਰੀ ਕਰ ਦਿੱਤੀ ਆ। ਅਤੇ ਮੈਂ ਕਿਹਾ ਵੀ ਹਾਂ ਬਿਲਕੁਲ ਪੂਰੀ ਕਰ ਦਿੱਤੀ ਆ, ਐਂ ਪੂਰਾ ਮੁਲਕ ਨੂੰ ਭੁੱਖ ਨੰਗ ਦੇ ਕੰਢੇ 'ਤੇ ਖਿਲਾਰ ਦਿੱਤਾ ਆ, ਡਿਵਾਈਡ ਕਰ ਦਿੱਤਾ ਆ। ਜਿੰਨੇ ਮੈਗਜ਼ੀਨ ਆ ਮੇਨ ਉਹ ਡਿਵਾਈਡਰ ਇਨ ਚੀਫ ਇਹਨੂੰ ਕਹਿੰਦੇ ਆ, ਇਕਨੋਮਿਕਸ ਵਾਲੇ ਇਹਨਾਂ ਦੀ ਫੱਟੀ ਪੋਚੀ ਜਾਂਦੇ ਆ ਵੀ ਇਹ ਬੰਦਾ ਕਿਹੜੇ ਪਾਸੇ ਨੂੰ ਮੁਲਕ ਨੂੰ ਲਿਜਾ ਰਿਹਾ ਆ। ਮੈਂ ਤਾਂ ਇਹ ਕਹਿੰਦਾ ਹਾਂ ਵੀ ਇਹਨਾਂ ਨੂੰ ਇੱਕ ਗੁਜਰਾਤ ਰੈਜੀਮੈਂਟ ਬਣਾ ਦੇਣੀ ਚਾਹੀਦੀ ਇੰਡੀਅਨ ਆਰਮੀ ਦੇ ਵਿੱਚ। ਗੁਜਰਾਤੀ ਨੌਜਵਾਨ ਮੁੱਛ ਫੁੱਟ ਜਿਹੜੇ ਗੱਭਰੂ ਆ ਨਾ, ਉਹ ਚਾਹੀਦੇ ਆ ਇੰਡੀਅਨ ਆਰਮੀ ਦੇ ਵਿੱਚ, ਉਹਨਾਂ ਦੀ ਇੱਕ ਰੈਜੀਮੈਂਟ ਹੋਵੇ ਅਤੇ ਉਹਨਾਂ ਦੀ ਸਪੈਸ਼ਲ ਡਿਊਟੀ ਹੋਣੀ ਚਾਹੀਦੀ ਆ ਪਾਕਿਸਤਾਨ ਦੇ ਬਾਰਡਰ 'ਤੇ ਅਤੇ ਚਾਈਨਾ ਦੇ ਬਾਰਡਰ 'ਤੇ। ਹੈਂ ਅਤੇ ਫਿਰ ਵੇਖਦੇ ਹਾਂ ਵੀ ਕਿਵੇਂ ਸੁਰੱਖਿਆ ਹੁੰਦੀ ਆ। ਮੈਂ ਤਾਂ ਸੋਚਦਾ ਪਿਆ ਸੀ ਵੀ ਚਾਈਨਾ ਵਾਲੇ ਵੀ ਮੈਨੂੰ ਲੱਗਦਾ ਵੀ ਵਾਹਵਾ ਮੀਟ ਮੂਟ ਖਾ ਲੈਂਦੇ ਆ, ਅਤੇ ਵੀਹ ਵੀਹ ਪੱਚੀ ਪੱਚੀ ਕਿਲੋ ਦੇ ਨੌਜਵਾਨ ਗੱਭਰੂ ਹੈਗੇ ਹੀ ਆ, ਪਾਕਿਸਤਾਨ ਵਾਲੇ ਵੀ ਸੌਖੇ ਚੱਬ ਜਾਣਗੇ ਇਹਨਾਂ ਨੂੰ, ਤਲਕੇ ਖਾ ਜਾਣਗੇ, ਅਤੇ ਇਹਨਾਂ ਦਾ ਕੰਮ ਮੁੱਕੂਗਾ ਜਿੰਨਾ ਇਹਨਾਂ ਨੇ ਮੁਲਕ ਦੇ ਵਿੱਚ ਬੇੜਾ ਗਰਕ ਕੀਤਾ ਆ। ਉੱਤੋਂ ਇੱਕ ਪਾਕਿਸਤਾਨ ਵਾਲਿਆਂ ਨੇ ਤਾਰਕ ਫਤਿਹ ਨੂੰ ਭੇਜਿਆ ਹੋਇਆ, ਤਾਰਕ ਫਤਿਹ ਆ ਨਾ ਜਿਹੜਾ, ਉਹ ਬੜੀ ਚੋਪੜ ਕੇ ਉਂਗਲ ਦਿੰਦਾ ਪਿਆ ਆ ਇਹਨਾਂ ਨੂੰ, ਉਹ ਸਵੇਰੇ ਸ਼ਾਮ ਇਹਨਾਂ ਦੀ ਬੇਇੱਜ਼ਤੀ ਕਰਦਾ ਪਿਆ ਆ। ਇਹਨਾਂ ਨੂੰ ਕਹਿੰਦਾ ਆ ਵੀ ਤੁਸੀਂ ਆਹ ਰੋਡ ਦਾ ਨਾਂ ਚੇਂਜ ਕਰ ਦਿਓ, ਤੁਸੀਂ ਤਾਂ ਆਹ ਆ, ਤੁਹਾਨੂੰ ਤਾਂ ਛਿੱਤਰ ਪਏ ਆ ਹਜ਼ਾਰ ਸਾਲ, ਤੁਸੀਂ ਬਗੈਰਤੇ ਆ, ਤੁਸੀਂ ਹੁਣ ਜਾਣੀ ਕਿ ਉਹ ਐਡਾ ਕੁੱਤਾ ਬੰਦਾ ਆ, ਵੈਸੇ ਕਹਿਣਾ ਨਹੀਂ ਚਾਹੀਦਾ ਸਿਆਣੀ ਉਮਰ ਦਾ, ਪਰ ਉਹਦੇ ਕੰਮ ਹੀ ਇਹ ਆ। ਪੰਜਾਬ ਯੂਨੀਵਰਸਿਟੀ ਵੀ ਆਇਆ ਸੀ ਅਤੇ ਇੱਥੋਂ ਛਿੱਤਰ ਖਾ ਕੇ ਗਿਆ ਸੀ, ਪੰਜਾਬ 'ਚ ਆਇਆ ਸੀ ਚੜ੍ਹਦੇ ਪੰਜਾਬ 'ਚ, ਉੱਥੇ ਵੀ ਆ ਕੇ ਜਿਹੜੇ ਸਟੂਡੈਂਟ ਸੀ ਉਹਨਾਂ ਨੂੰ ਕਹਿੰਦਾ ਸੀ ਤੁਸੀਂ ਖਾਲਿਸਤਾਨੀ ਆ, ਤੁਸੀਂ ਐਂ ਆ, ਯੇ ਆ, ਵੋ ਆ, ਅਤੇ ਉਹਨਾਂ ਨੇ ਉੱਥੇ ਢਾਲਿਆ ਬੱਕਰੇ ਤਰ੍ਹਾਂ, ਅਤੇ ਉੱਥੋਂ ਇਹ ਜਾਣ ਛੱਡਾ ਕੇ ਭੱਜਿਆ। ਹੁਣ ਇਹ ਇਹਨਾਂ ਨੂੰ ਉਂਗਲ ਦਿੰਦਾ ਪਿਆ ਆ, ਇਹਨਾਂ ਕਾਗਜ਼ੀ ਪਹਿਲਵਾਨਾਂ ਨੂੰ ਦੱਸਦਾ ਪਿਆ ਆ ਵੀ ਕਿਵੇਂ ਲੜਨਾ ਆ ਅਤੇ ਕੀ ਗੱਲਬਾਤ ਆ ਅਤੇ ਤੁਹਾਡੀ ਸੱਭਿਅਤਾ ਕੀ ਆ ਅਤੇ ਤੁਸੀਂ ਕੀ ਆ। ਉਹ ਇਹਨੂੰ ਇਹ ਨਹੀਂ ਪਤਾ ਵੀ ਇਹਨਾਂ ਨੇ ਭੱਜਣ ਲੱਗਿਆ ਜੁੱਤੀਆਂ ਵੀ ਛੱਡ ਜਾਣੀਆਂ ਆ, ਜਿਨ੍ਹਾਂ ਨੂੰ ਤੂੰ ਪਹਿਲਵਾਨ ਬਣਾਉਣਾ ਪਿਆ ਆ ਨਾ, ਜਿਨ੍ਹਾਂ ਨੂੰ ਆ ਕੇ ਫੋਕੇ ਤੂੰ ਟੀਕੇ ਲਾਉਣਾ ਪਿਆ ਆ ਬਹਾਦਰੀ ਦੇ, ਜਦੋਂ ਕੋਈ ਸਿਰ 'ਤੇ ਪਈ ਤਾਂ ਇਹਨਾਂ ਨੇ ਖਲੋਣਾ ਨਹੀਂ, ਧੋਤੀ ਵੀ ਡਿੱਗ ਪਈ ਤਾਂ ਇਹਨਾਂ ਨੇ ਚੁੱਕਣੀ ਨਹੀਂ, ਇਹ ਐਡੀ ਬਸ਼ਰਮ ਕੌਮ ਆ। ਹੈਂ ਮੁੜ ਕੇ ਜਨਾਨੀਆਂ ਛੱਡ ਕੇ ਵੀ ਭੱਜ ਜਾਂਦੇ ਹੁੰਦੇ ਆ। ਪਾਣੀਪਤ ਵਾਲੀ ਲੜਾਈ ਦਾ ਹਾਲ ਜੇ ਕਿਸੇ ਨੂੰ ਨਹੀਂ ਪਤਾ ਤਾਂ ਮੈਂ ਦੱਸ ਦਿੰਦਾ ਹਾਂ ਵੀ ਮੁੜ ਕੇ ਫਿਰ ਉੱਥੋਂ ਕੁਛ ਲੱਭਿਆ ਨਹੀਂ ਸੀ। ਜਿਹੜੇ ਬੜੇ ਮਰਾਠੇ ਮਰਾਠੇ ਕਹਿੰਦੇ ਆ ਨਾ, ਅਤੇ ਮਰਾਠਿਆਂ ਦਾ ਵੀ ਜਿਹੜਾ ਹੈਗਾ ਸੀ ਸ਼ਿਵਾਜੀ ਮਹਾਰਾਜ, ਅਤੇ ਸ਼ਿਵਾਜੀ ਮਹਾਰਾਜ ਨੂੰ ਬ੍ਰਾਹਮਣ ਦੇਵਤੇ ਨੇ ਪੈਰ ਦੇ ਅੰਗੂਠੇ ਨਾਲ ਤਿਲਕ ਲਾਇਆ ਸੀ ਜਦੋਂ ਉਹਨੂੰ ਸਿੰਘਾਸਣ 'ਤੇ ਬਹਾਇਆ ਸੀ। ਇਹ ਆ ਹਿਸਟਰੀ। ਅਤੇ ਇਹ ਤਾਰਕ ਫਤਿਹ ਹਰੀ ਉਹ ਜਿਵੇਂ ਕਹਿੰਦੇ ਹੁੰਦੇ ਅੱਗ ਲਾ ਕੇ ਅਤੇ ਕੁੱਤਾ ਕੰਧ 'ਤੇ, ਯਾਰ ਉਹਨਾਂ ਨੇ ਮੁੜ ਕੇ ਕਨੇਡਾ ਚੜ੍ਹ ਜਾਣਾ ਆ, ਅਤੇ ਇੱਥੇ ਜਿਵੇਂ ਕਹਿੰਦੇ ਹੁੰਦੇ ਮੁੜ ਕੇ ਭੰਗ ਪੁੱਜਣੀ। ਉਹ ਪਤਾ ਨਹੀਂ ਇੱਕ ਹੈਗਾ ਆ, ਪਤਾ ਨਹੀਂ ਲੜਾ ਦੇ ਮਮੋਲੇ ਕੋਈ ਇਹ ਵੋ, ਅਤੇ ਇਹ ਉਹ ਮਮੋਲੇ ਮਮਾਲੇ ਜਿਹੜੇ ਇਹ ਆ ਨਾ, ਇਹ ਖਿੱਲਰ ਜਾਣੇ ਆ ਛੇਤੀ, ਜਿਹੋ ਜਿਹੀਆਂ ਉਹ ਉਂਗਲਾਂ ਦਿੰਦਾ ਪਿਆ ਆ ਨਾ, ਇੱਥੇ ਆ ਕੇ ਦੱਸਦਾ ਪਿਆ ਆ ਵੀ ਸਾਡੀ 5000 ਸਾਲ ਪੁਰਾਣੀ ਸੱਭਿਅਤਾ, ਅਤੇ 5000 ਪੁਰਾਣੀ ਸੱਭਿਅਤਾ ਦੇ ਵਿੱਚ ਤੀਰ ਕੀ ਮਾਰਿਆ ਆ, ਹੈਂ ਖਾਧੀਆਂ ਤਾਂ ਜੁੱਤੀਆਂ ਹੀ ਆ, ਹਜ਼ਾਰ ਸਾਲ ਆ ਪਿੱਛੇ ਖਾਧੀਆਂ ਆ, ਅਤੇ ਜੇ ਉਹਦੇ ਵਿੱਚ ਉਹ ਸਿੱਖਾਂ ਮੁਸਲਮਾਨਾਂ ਨੇ ਇਕੱਠੇ ਹੋ ਕੇ ਉਹ ਅੰਗਰੇਜ਼ਾਂ ਦਾ ਗਲੋਂ ਫਾਇਆ ਵੱਢਿਆ, ਅਤੇ ਇਹ ਹੁਣ ਖਾਮ ਖਾ ਸ਼ਰੇਆਮ ਜਿਵੇਂ ਕਹਿੰਦੇ ਹੁੰਦੇ ਧੱਕੇ ਨਾਲ ਆਜ਼ਾਦੀ ਘੁਲਾਟੀਏ ਬਣਦੇ ਪਏ ਆ RSS ਵਾਲੇ। ਅਤੇ ਤਾਰਕ ਫਤਿਹ ਵਧੀਆ ਕੰਮ ਕਰ ਰਿਹਾ ਆ, ਕਈਆਂ ਨੂੰ ਗੁੱਸਾ ਲੱਗਦਾ ਆ ਉਹਦੀਆਂ ਗੱਲਾਂ ਦਾ, ਪਰ ਮੈਂ ਕਹਿੰਦਾ ਵੀ ਵਧੀਆ ਆ, ਕਿਉਂਕਿ ਜਦੋਂ ਕੋਈ ਬੰਦਾ ਆ ਕੇ ਤੁਹਾਨੂੰ ਫੂਕ ਛਕਾਉਂਦਾ ਆ ਨਾ ਨਜਾਇਜ਼, ਇੱਕ ਤਾਂ ਇਹ ਹੋਵੇ ਵੀ ਤੁਹਾਡੀ ਹਿਸਟਰੀ ਹੋਵੇ ਵੀ ਤੁਸੀਂ ਬੜੀ ਬਹਾਦਰ ਕੌਮ ਆ,
ਤੁਸੀਂ ਬੜੀਆਂ ਮੱਲਾਂ ਮਾਰੀਆਂ ਆ ਤੇ ਤੁਹਾਨੂੰ ਕੋਈ ਬੰਦਾ ਆ ਕੇ ਯਾਦ ਕਰਾਉਂਦਾ ਪਿਆ ਆ, ਇੱਕ ਆ ਕੇ ਪੰਪ ਦਿੰਦਾ ਪਿਆ ਆ, ਉਹ ਤਾਂ ਉਹ ਹੀ ਆ ਵੀ ਬੱਲੇ ਬੱਲੇ ਜਾਈ ਨਾ ਫੜ ਲਓ, ਤੇ ਬਾਅਦ ਦੇ ਵਿੱਚ ਪਿੱਛੋਂ ਜਿਹੜਾ ਸ਼ਾਬਾਸ਼ੀ ਦੇਣ ਵਾਲਾ ਆ ਉਹ ਲੱਭਦਾ ਨੀ, ਪਿਛਾਂ ਮੁੜ ਕੇ ਵੇਖਦੇ ਆ ਤੇ ਫਿਰ ਧੋਤੀਆਂ ਛੱਡ ਕੇ ਭੱਜਣਾ ਆ। ਹੁਣ ਤਾਰਕ ਫਤਿਹ ਸਾਹਿਬ ਇਹ ਬਿਲਕੁਲ ਬਖੂਬੀ ਕੰਮ ਕਰ ਰਹੇ ਆ, ਤੇ ਇੱਕ ਦੋ ਗੱਲਾਂ ਹੋ ਰਿਹਾ ਯਾਰ ਉਹ ਨਾ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਇੱਕ ਨਾ ਥੋੜਾ ਜਿਹਾ ਕ੍ਰਿਸਚਨ ਬੜੇ ਹੋਣ, ਉਹ ਉਹਨਾਂ ਦੇ ਵਿੱਚ ਵੀ ਹਿੰਦੂਆਂ ਦੀ ਆਤਮਾ ਵੜੀ ਜਾਂਦੀ ਆ, ਉਹ ਵੀ ਨਾ ਸਾਰੇ ਮਜ਼ਹਬਾਂ ਦੇ ਖਿਲਾਫ, ਇਸਲਾਮ ਦੇ ਖਿਲਾਫ, ਸਿੱਖਇਜ਼ਮ ਦੇ ਖਿਲਾਫ, ਉਹਨਾਂ ਨੇ ਬੜੀ ਪੂਛ ਚੱਕੀ ਹੋਈ ਆ, ਤੇ ਉਹ ਵੱਖਰੀ ਵੀਡੀਓ ਦੇ ਵਿੱਚ ਗੱਲ ਕਰਾਂਗੇ। ਵੈਸੇ ਮੈਂ ਇਹੋ ਜਿਹੇ ਮਾਮਲੇ 'ਚ ਪੈਣਾ ਨਹੀਂ ਸੀ ਚਾਹੁੰਦਾ, ਪਰ ਉਹਨਾਂ ਦਾ ਇੱਕ ਇੱਥੇ ਬੰਦਾ ਆ ਸੰਜੂ ਸੈਮਸਨ ਕਿ ਸੈਮਸਨ ਪਤਾ ਨਹੀਂ ਕਿਹੜਾ, ਮੈਂ ਉਹਦਾ ਅੱਜ ਚੈਨਲ ਵੇਖਿਆ, ਮੈਂ ਉਹਦੇ 'ਤੇ ਵੀਡੀਓ ਵੇਖੀਆਂ, ਉਹ ਬੰਦਾ ਬਕਵਾਸ ਬਿਨਾਂ ਗੱਲ ਤੋਂ ਨਜਾਇਜ਼ ਬਹੁਤ ਕਰਦਾ ਪਿਆ ਆ, ਅਤੇ ਅਸੀਂ ਤਾਂ ਕਦੀ ਐਵੇਂ ਦਾ ਕੋਈ ਪੰਗਾ ਲੈਂਦੇ ਨਹੀਂ ਹੁੰਦੇ ਵੀ ਕਿਸੇ ਵੀ ਮਜ਼ਹਬ ਦੇ ਚੱਕਰ ਦੇ ਵਿੱਚ ਵੀ ਨਹੀਂ ਕਿਸੇ ਨੂੰ ਮਾੜਾ ਕਹਿਣਾ ਚਾਹੀਦਾ, ਪਰ ਉਹ ਬੰਦਾ ਬਹੁਤ ਜ਼ਿਆਦਾ ਗਲਤ ਬੋਲਦਾ ਪਿਆ ਆ। ਮੈਂ ਤੁਹਾਨੂੰ ਨਾ ਡਿਸਕ੍ਰਿਪਸ਼ਨ ਦੇ ਵਿੱਚ ਛੱਡ ਦੂੰਗਾ ਉਹਦਾ ਚੈਨਲ, ਜੇ ਕਿਸੇ ਨੇ ਵੇਖਣਾ ਹੋਵੇ ਤਾਂ ਵੇਖ ਲਿਓ, ਕੋਈ ਜ਼ਿਆਦਾ ਉਹਦੇ ਸਬਸਕ੍ਰਾਈਬਰ ਨਹੀਂ, ਪਰ ਉਹ ਬੰਦਾ ਗਲਤ ਬਹੁਤ ਬੋਲਦਾ ਪਿਆ ਆ। ਅਤੇ ਬਾਕੀ ਜਿਉਂਦੇ ਵਸਦੇ ਰਹੋ, ਰੱਬ ਰੱਖਾ, ਫਿਰ ਮਿਲਾਂਗੇ। ਓਕੇ ਜੀ।